केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਜਲੰਧਰ ਦੇ ਗਾਂਧੀ ਕੈਂਪ ਵਿੱਚ ਰਹਿਣ ਵਾਲੇ 60 ਸਾਲਾ ਅਸ਼ੋਕ ਕੁਮਾਰ ਪੁੱਤਰ ਹੰਸਰਾਜ ਦੀ ਕਾਰ ਦੀ ਲਪੇਟ ਵਿੱਚ ਆਉਣ ਨਾਲ ਮੰਗਲਵਾਰ ਸ਼ਾਮ ਨੂੰ ਮੌਤ ਹੋ ਗਈ। ਦਾਣਾ ਮੰਡੀ ਦੇ ਬਾਹਰ ਚਾਹ ਵੇਚਣ ਦਾ ਖੋਖਾ ਚਲਾਉਣ ਵਾਲੇ ਅਸ਼ੋਕ ਕੁਮਾਰ ਸ਼ਾਮ 6:30 ਵਜੇ ਦੇ ਕਰੀਬ ਖੋਖਾ ਬੰਦ ਕਰਕੇ ਘਰ ਜਾ ਰਹੇ ਸਨ। ਇਸ ਦੌਰਾਨ ਮਕਸੂਦਾ ਵੱਲੋਂ ਆਈ ਓਵਰ ਸਪੀਡ ਗੱਡੀ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਥਾਣਾ 2 ਦੇ ASI ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਸਾਹਿਲ ਦੇ ਬਿਆਨ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। ਹਾਂਜੀ ਸਰ, ਜਿਹੜਾ ਐਕਸੀਡੈਂਟ ਹੋਇਆ ਇੱਥੇ ਉਹਦੇ ਬਾਰੇ ਦੱਸ ਦਿਓ। ਇਹ ਮੰਡੀ ਦੇ ਲਾਗੇ ਹੋਇਆ ਜੀ ਐਕਸੀਡੈਂਟ। ਥਾਣੇ ਸਾਨੂੰ ਫੋਨ ਆਇਆ ਜੀ ਵੀ ਕਿਸੇ ਬੰਦੇ ਦੀ ਪੇਟ ਵੱਜ ਗਈ, ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਆਇਆ ਇੱਥੇ ਅਤੇ ਡੈਡ ਬੋਡੀ ਪਈ ਸੀਗੀ। ਇਹ ਬੰਦਾ ਜਿਹੜਾ ਹੈਗਾ ਵਾ, ਇਹਦਾ ਨਾਂ ਅਸ਼ੋਕ ਕੁਮਾਰ, ਇਹਦੇ ਡੈਡੀ ਦਾ ਨਾਂ ਹੰਸਰਾਜ ਜੀ ਹੈ, ਗਾਂਧੀ ਕੈਂਪ ਦੇ ਰਹਿਣ ਵਾਲੇ। ਇੱਥੇ ਆ ਚਾਹ ਦੀ ਦੁਕਾਨ ਕਰਦੇ, ਉਹ ਬੰਦ ਕਰਕੇ ਮੇਰਾ ਖਿਆਲ ਘਰ ਜਾ ਰਹੇ ਸੀ। ਕੋਈ ਨਾਮਾਲਮ ਮੋਟਰਸਾਈਕਲ ਜਿਹੜਾ ਪੇਟ ਮਾਰ ਗਿਆ, ਜਿਹੜੀ ਮੌਕੇ ਦੀ ਰਹਿਤ ਹੋਈ। ਡੈਡ ਬੋਡੀ ਅਸੀਂ ਸਿਵਲ ਹਸਪਤਾਲ ਬਿਠਾ ਦਿੱਤੀ। ਅਗਲੀ ਕਾਰਵਾਈ ਅਸੀਂ ਅਤੇ ਉਮਰ ਪਤਾ ਲੱਗੀ ਕਿੰਨੀ ਕੁ ਹੈਗੀ ਨਾ? ਇਹਦੀ ਉਮਰ ਕਰੀਬ 60 ਸਾਲ ਦੇ ਹੈਗੀ। ਅਤੇ ਕੋਈ ਉੱਥੇ CCTV ਫੁਟੇਜ ਵਗੈਰਾ ਚੈੱਕ ਕੀਤੀ? ਇਸ ਵੇਲੇ ਤਾਂ ਹਨੇਰਾ ਸੀਗਾ, ਬਾਕੀ ਸਵੇਰੇ ਆਪਾਂ ਦੇਖਾਂਗੇ ਫੁਟੇਜ ਵਗੈਰਾ। ਅਤੇ ਕਾਰਵਾਈ ਕੀ ਕਰ ਰਹੇ ਸਰ? ਕਾਰਵਾਈ ਦੇਖ ਰਹੇ ਹਾਂ, ਡੈਡ ਬੋਡੀ ਜਮ੍ਹਾਂ ਕਰਾ ਕੇ ਕਾਰਵਾਈ ਅਮਲ 'ਚ ਲਿਆਉਂਦੇ। ਅਤੇ ਆਪਣਾ ਨਾਮ ਕੀ ਸਰ? ਮੇਰਾ ਨਾਮ ASI ਹਰਦੀਪ ਸਿੰਘ। ਕਿਹੜੇ ਥਾਣੇ ਤੋਂ? 2 ਨੰਬਰ 2 ਤੋਂ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़ हक सच और इंसाफ की आवाज़ आपको रखे सबसे आगे।